रह तो उड़न दा ये देखो हमारा साथी गिड़ परा है पानी के अंदर। ते दादा मेरा इत्थे जड़ा पठे शठे वड़न दे आउट आउट खाना दादा जड़ा साड़ी 95 साल दी उम्र हो गई उन्हां दी ते हुण पठे वड़न दे जुआर ते वेखो तुसी माशाल्लाह किस तरह पठे वड़न दे ते आ वेखो तुसी जुआर वड़ वड़ के ढेर ला खड़े मेरे दादा जी ने वेखो तुसी आ वेखो दादा जी माशाल्लाह पठे वड़न दे साडे वेखो जुआर किदां वड्डी जा रही है किन्ने लानी है पिछले टाइम ये पुट्टांगे ये लावांगे पुट्टन दिया दादा पुट्टन दिया पोट लानिया है मैं माशाल्लाह वेखो जी साडे दादा जी हले भी जिमीदार का काम करते इन्नी उम्र हो गई 95 साल हले भी जवाह शुआर वड़न दे पसीना आया है पसीने की बदौलत अलहमदुल्लाह जिसम खुला शुला रहिंदा है ते कम शम करते पे ने अलहमदुल्लाह आ वेखो चाचू जी जेड़े ने दादा जी वड़न दे चाचू जी जेड़े ने चुक के जवाहर ते पंडा च रखंदे ने वेखो क्यों इस पैली विच भी अहां मुंजी लानी है सुपर दी भी जड़ी ना जुआर वड़े ने शुरू कर छड़ी है प्यो पुत्र ये जुआर को काट रहे हैं कट रहे हैं जुआर को कट रहे हैं बन छड़े है असा जेड़ी ला पुटी सी उस दी पल्ली विच पा के ते लै के चले जिथे हां मुंजी लानी जिथे साडी ला मुक गई सी ते आ वेखो आ पल्ली अहीं विछाण लगे हां ते आ साडी ला पई आ ला भाई चुक के इस पल्ली ते रखांगे ध्रू के असीं उह अगे लै के जावांगे ये देखो जो है ना वो लाभ उठा रहा है अपने हाथों से तो उठा के उस पल्ली के ऊपर रखेगा तो फिर हम उसको ध्रो के ना तो उस कद्दू में लेके जाएंगे जिधर हमें लाभ ठोकनी है इसके अंदर लगानी है। तो जो मेरे भाई इंडिया से या पाकिस्तान से देख रहे हैं जिम्मेदार तो देखो कितना काम होता है जिम्मेदार का होना कितना मुश्किल है। हवा जो है वो आपको दिखाई दे रही है जो हमारी जो ये लाभ है उसके जो हिल रही है वो दरख्त भी जो वो भी हिल रहे हैं हवा बहुत ठंडी है। ये देखो दोनों हाथों के साथ इसने पकड़ लिया है और पकड़ के इसके ऊपर रखेंगे हम ये देखो ये देखो रख लिया हमने देखो इंजन बन लेना फिर एक किनारे तो फड़ना है तो लेके जाना है जोर लगा के है ये देखो आप निकल गई है निकल गई निकल गई निकल गई निकल गई यानी ओ देखो पर ना उन्हें अंज ले या पता नहीं किन्नी कु धुप पैन दई है धुप है ही नहीं ते आ पिछे दे वे
ਇੱਥੇ ਹਾਂ ਲਿਆ ਕੇ ਰੱਖ ਦਿੱਤੀ ਹੈ ਜਿਹੜੀ ਉੱਥੋਂ ਕਜ਼ਨ ਧਰੂ ਕੇ ਲਿਆਂਦੀ ਸੀ ਲਾਭ ਨੂੰ ਇੱਥੇ ਅਸੀਂ ਝੁੰਡ ਲਾਵਾਂਗੇ ਫਿਰ ਇਹਨੂੰ ਖਿਲਾਰ ਕੇ ਜਿਹੜਾ ਸਾਡਾ ਖੱਤਾ ਰਹਿ ਗਿਆ ਇਨਸ਼ਾਅੱਲਾ ਇਹਨੂੰ ਲਿੰਬ ਕੇ ਜਾਵਾਂਗੇ ਇੱਥੇ ਅੱਜ ਇੱਥੇ ਸਾਰੀ ਲਾ ਕੇ ਜਾਵਾਂਗੇ ਸਵੇਰ ਦੀ ਉਹ ਤੁਹਾਨੂੰ ਨਜ਼ਰ ਆਉਂਦੀ ਹੀ ਲਾਈ ਹੋਈ ਇਹ ਵੇਖੋ ਇੰਝ ਅਸੀਂ ਲਾਭ ਢੋਣੇ ਆਪਣੇ ਇਲਾਕੇ ਦੇ ਵਿੱਚ ਪਰ ਚਾਦਰ ਦੇ ਵਿੱਚ ਪਾ ਕੇ ਹਾਂਜੀ ਧਰੂ ਕੇ ਲੈ ਕੇ ਜਾਂਦੇ ਹਾਂ ਅਸੀਂ ਵੇਖੋ ਕਿਸ ਤਰ੍ਹਾਂ ਪਿੱਛੇ ਠੱਲਾਂ ਛੱਲਾਂ ਪਾਉਂਦੀਆਂ ਪਈਆਂ ਪਾਣੀ ਦੀਆਂ ਸਾਡੇ ਇਸ ਇਲਾਕੇ ਵਿੱਚ ਪੰਡਾਂ ਵਿੱਚ ਪਾ ਕੇ ਲਾਭ ਅਤੇ ਪਹਿਲਿਆਂ ਵਿੱਚ ਲੈ ਕੇ ਜਾਈਦੀ ਹੈ ਹੁਣ ਤੁਹਾਡੇ ਇਲਾਕੇ 'ਚ ਪਤਾ ਨਹੀਂ ਕਿਸ ਤਰ੍ਹਾਂ ਦੀ ਲੈ ਕੇ ਜਾਂਦੇ ਨੇ ਅਤੇ ਕਮੈਂਟ ਵਿੱਚ ਦੱਸੋ ਤਾਂ ਤੁਸੀਂ ਕਿੰਝ ਲਾਭ ਲੈ ਕੇ ਜਾਂਦੇ ਆਪਣੀ ਪਹਿਲਿਆਂ ਜਦੋਂ ਮੁੰਜੀ ਛੁੰਜੀ ਲਵਾਉਂਦੇ ਹੋ ਅਤੇ ਅਸੀਂ ਹਾਂਜੀ ਝੁੰਡ ਛੁੰਡ ਬਣਾ ਦਿੰਦੇ ਹਾਂ ਅਤੇ ਜਿਹੜੀ ਇਹਦੀ ਜੜ੍ਹ ਹੁੰਦੀ ਉਹ ਤਰੋ ਤਾਜ਼ਾ ਰਹੇ ਕੋਈ ਮਸਲਾ ਨਾ ਹੋਵੇ ਜੜ੍ਹ ਨੂੰ ਇਨਸ਼ਾਅੱਲਾ ਇਹਨੂੰ ਅੱਜ ਸਾਰੇ ਨੂੰ ਲਾ ਕੇ ਜਾਣਾ ਹਾਂ ਅਤੇ ਤਕਰੀਬਨ 3 ਵੱਜ ਗਏ ਨੇ ਅਤੇ ਸ਼ਾਮਾਂ ਤੱਕ ਅਸੀਂ ਇਹਨੂੰ ਸਾਰੇ ਨੂੰ ਲਾ ਦਿਆਂਗੇ ਬਸ ਤੁਹਾਡੇ ਭਰਾਵਾਂ ਦੀ ਮੁਹੱਬਤ ਔਰ ਪਿਆਰ ਚਾਹੀਦਾ ਸਾਨੂੰ ਅਤੇ ਪਰਲੀ ਨੁਕਰਮ ਲੱਗਦਾ ਸ਼ੁਰੂ ਕਰਨੀ ਹੈ ਬਾਈ ਹਰੀ ਕਹਿੰਦਾ ਹੈ ਨਾ ਅਤੇ ਉਹ ਜਿਹੜਾ ਦੇਖੋ ਜਿਹੜੀ ਹੱਥੀ ਹੈ ਉਹ ਸੁੱਟਣ ਦੇ ਹਾਂ ਅਸੀਂ ਦੇਖੋ ਤੁਸੀਂ ਦੋ ਮੇਰੇ ਬਦੁੱਲਾਂ ਨੇ ਜੋ ਲਾਉਣੀ ਸ਼ੁਰੂ ਕਰ ਦਿੱਤੀ ਹੈ ਅਤੇ ਹੁਣ ਅਸੀਂ ਵੀ ਫਟਾਫਟ ਜਿਹੜਾ ਨਾ ਲਾਉਣੀ ਸ਼ੁਰੂ ਕਰ ਦਈਏ ਅਲਹਮਦੁਲਿਲਾ ਅੱਲਾ ਕਾ ਸ਼ੁਕਰ ਹੈ ਜੋ ਹਮਨੇ ਆਜ ਕਿੱਲਾ ਰੰਬਾ ਥਾ ਲਾਣੇ ਕੇ ਲਈ ਵੋ ਹਮਨੇ ਮੁਕੰਮਲ ਕਰ ਦਿਆ ਹੈ ਤੋ ਯੇ ਦੇਖੇ ਆ ਮਾਸ਼ਾਅੱਲਾ ਵੋ ਬਸ ਥੋੜ੍ਹੀ ਸੀ ਰਹਿ ਚੁੱਕੀ ਹੈ ਵੋ ਜੋ ਮੇਰਾ ਕਜ਼ਨ ਹੈ ਵੋ ਲਗਾ ਕੇ ਆ ਚੁੱਕਾ ਯੇ ਹਮਨੇ ਹਾਜ ਲਾ ਕੁਛ ਕੱਲ ਪੂਟੀ ਥੀ ਕੁਛ ਆਜ ਹਮਨੇ ਲਾ ਪੂਟੀ ਹੈ ਹਮਾਰੇ ਡਿਰ ਕੇ ਉੱਪਰ 4 ਪਾਲਟੀਆਂ ਜਿਨਕੋ ਹਮਨੇ ਹਮੇ ਭਰੀ ਹੋਈ ਹੈ ਮੁੰਜੀ ਲਗਾਣੇ ਕੇ ਲੀਏ 3 ਪਾਲਟੀਆਂ ਕੀ ਹਮਨੇ ਲਗਾ ਦੀ ਏਕ ਪਾਲਟੀ ਕੀ ਲਗਾਣੇ ਕੇ ਲੀ ਜਾ ਰਹੇ ਉਨਕੋ ਉਨਕੀ ਸੁਬਹ ਲਗਾਏਗੇ ਉਨਕੋ ਕੱਦੂ ਹੋ ਰਹਾ ਉਹਨਾਂ ਨੇ ਕਿਹਾ ਹਮਨੇ ਲਾਭ ਜੋ ਹੈ ਵੋ ਪੂਟ ਦੀ ਹੈ ਤੋ ਹਮ ਉਨਕੇ ਅਭੀ 6 ਵਜੇ ਹੈ ਸ਼ਾਮ ਕੇ ਤੋ ਅਭੀ 1 ਘੰਟਾ ਬਾਕੀ ਹੈ ਦਿਨ ਡੂਬਣੇ ਕੇ ਲੀ ਤੋ ਫਟਾਫਟ ਉਨਕੇ ਪਾਸ ਜਾਤੇ ਹੈ ਦੇਖਤੇ ਹੈ ਕੱਦੂ ਅਗਰ ਹੋ ਗਿਆ ਹੈ ਤੋ ਫਿਰ 1 ਘੰਟੇ ਕੇ ਲੀ ਆਧੇ ਲਗਾਏਗੇ ਜਿਤਨੇ ਲੱਗ ਸਕੇਗੀ ਬਾਕੀ ਸੁਬਹ 4 ਵਜੇ ਉੱਠ ਕੇ ਆਤੇ ਹੈ ਹਮ ਪਹਿਲੇ ਕੇ ਅੰਦਰ ਤੋ ਦੇਖੇ ਸਵੇਰੇ ਫਜਰ ਕੀ ਜਾਣੇ ਤਬ ਹਮ ਪਹਿਲੇ ਕੇ ਅੰਦਰ ਆਤੇ ਹੈ ਮੁੰਜੀ ਛੁੰਜੀ ਲਗਾਣੇ ਕੇ ਲੀ ਤੋ ਯੇ ਦੇਖੋ ਹਮਾਰਾ ਜੋ ਸਾਥੀ ਹੈ ਵੋ ਖੂਬ ਗਿਆ ਹੈ ਕੱਦੂ ਕੇ ਅੰਦਰ ਜੁੱਤੀ ਸਮੇਤ ਵੇਖੋ ਨਾਜ਼ਰੀਨ ਯੇ ਦੇਖੋ ਹਮਾਰਾ ਸਾਥੀ ਗਿੜ ਪਰਾ ਹੈ ਪਾਣੀ ਕੇ ਅੰਦਰ ਯੇ ਦੇਖੋ ਉਸਕਾ ਪਚਵਾੜਾ ਗਿਲਾ ਹੋ ਗਿਆ ਹੈ ਮੇਰੇ ਸਾਹਮਣੇ ਕੱਦੂ ਹੋ ਰਿਹਾ ਉਸਕੇ ਅੰਦਰ ਬਗਲੇ ਜੋ ਹੈ ਵੋ ਬਹੁਤ ਜ਼ਿਆਦਾ ਹੈ ਮੈਂ ਇੱਕ ਹੱਥ ਹੀ ਉਠਾਊਂਗਾ ਜਿਤਨੀ ਮੇਰੇ ਹੱਥ ਹੋ ਗਏ ਅੰਦਰ ਆ ਗਈ ਇਹ ਦੇਖਿਆ ਇਹ ਮੈਨੇ ਉਠਾ ਲਈ ਹੈ ਇਹ ਦੇਖਿਆ ਮੈਨੇ ਆਪਣੇ ਹੱਥ ਲਾਭ ਉਠਾਈ ਹੋਈ ਹੈ ਤਾਂ ਫਟਾਫਟ ਜਿੱਧਰ ਹਮਨੇ ਲਗਾਉਣੀ ਹੈ ਉੱਧਰ ਲੈ ਕੇ ਜਾ ਰਹੇ ਹਾਂ ਸਭੀ ਜਿਤਨੇ ਵੀ ਹਮਾਰੇ ਸਾਥੀ ਹੈ ਲਾਭੇ ਲਗਾਉਣੇ ਵਾਲੇ ਅਸੀਂ 4th ਪਾਰਟੀ ਕੋਲੋਂ ਆ ਗਏ ਹਾਂ ਮੁੰਜੀ ਲਾਉਣ ਵਾਸਤੇ 3 ਦੀ ਲਾ ਦਿੱਤੀ ਹੈ ਜਿੰਨੀ ਅਸੀਂ ਲਾਉਣੀ ਬਾਕੀ ਕੁਛ ਪੈਲੀਆਂ ਰਹਿੰਦੀਆਂ ਉਹਨਾਂ ਦੀ ਲਾਉਣ ਵਾਲੀਆਂ ਅਤੇ ਲਾ ਵੀ ਇੰਨੀ ਕੁ ਹੁਣ 4th ਪਾਰਟੀ ਕੋਲ ਆਇਆ ਹੁਣ ਇਸ ਟਾਈਮ ਲਾਉਣ 1 ਘੰਟਾ ਹੈ ਵੇ 1 ਘੰਟਾ ਜਿੰਨੀ ਲੱਗ ਗਈ ਸੀ ਫਿਰ ਛੁੱਟੀ ਅਤੇ ਸਵੇਰੇ 4 ਵੀ ਅਸੀਂ 3:30 ਵਜੇ ਉੱਠਾਂਗੇ 4 ਵਜੇ ਤੱਕ ਪਹਿਲੇ ਵਿੱਚ ਆਈਆਂਗੇ ਅਤੇ ਆਉਂਗੇ ਅਤੇ ਫਿਰ ਲਾਵਾਂਗੇ ਅਤੇ ਫਟਾਫਟ ਹੁੰਦਾ ਸੀ 4th ਪਾਰਟੀ ਫੜੀ ਸੀ ਉਹਨਾਂ ਦਾ ਕਾਫੀ ਜ਼ਿਆਦਾ ਤਕਰੀਬਨ ਭਰਾ ਅਤੇ ਲੱਥਣ ਨੂੰ ਥੋੜ੍ਹਾ ਜਿਹਾ ਰਹਿ ਗਿਆ ਥਾਂ ਅਤੇ ਇਹ ਲਾ ਦਿੱਤਾ ਬਸ ਹੁਣ ਅਸੀਂ ਛੁੱਟੀ ਘਰ ਚੱਲੇ ਸ਼ਾਮ ਹੋ ਗਈ ਹੈ ਅਤੇ ਬਾਕੀ ਹੁਣ ਸਵੇਰੇ 4 ਵਜੇ ਮਿਲਾਂਗੇ ਪਹਿਲੀ ਵਿੱਚ ਸਵੇਰੇ 4 ਵਜੇ ਆਈਦਾ ਪਹਿਲੀ ਦੇ ਵਿੱਚ ਮੁੰਜੀ ਛੁੰਜੀ ਲਾਉਣ ਵਾਸਤੇ ਠੀਕ ਆ ਚੱਲਦੇ ਹਾਂ ਸਾਹਮਣੇ ਟਿਊਬਵੈਲ ਜਿਹੜਾ ਚੱਲਣ ਦਿਆ ਜਾ ਕੇ ਇੱਥੇ ਨਹਾਉਂਦੇ ਹਾਂ ਕਿਉਂ ਸਾਡੇ ਖੁਦ ਜਿਹੜੀ ਲੈਟਰ ਹੋ ਗਈ ਮੋਟਰ ਜਿਹੜੀ ਬੰਦ ਹੋ ਗਈ ਹੋਣੀ ਹੈ ਰਹਿ ਤੂੰ ਉੱਡਣ ਦਾ ਭਾਈ ਨਹਾਉਂਦੇ ਆ
अलहमदुल्ला मैं घर पहुंच गया वहां ते आज दा व्लॉग अहि इत्थे खत्म करने। मैनू उम्मीद है तुहानू वीडियो काफी ज्यादा पसंद आई है। वीडियो वेखण वालियां नू दिल तो दिल दी गहराइयां तो शुक्रिया अदा करना वा। अल्लाह ताला तुहानू और सानू हमेशा खुश रखे, आबाद रखे, तरक्की और कामयाबी दे। अल्लाह ताला साडी दिली दुआएं कबूल करे। मैनू इजाजत दो, एहसानुल्लाह नू अगले नए वीडियो में मिलूंगा। अल्लाह हाफिज़।